ਚੈਨਲ ਨੂੰ ਬੰਦ ਕਰਨ ਦੇ ਲਈ ਸਰਕਾਰ ਦੇ ਵੱਲੋਂ ਚਾਹੇ ਨੋਟਬੰਦੀ ਕੀਤੀ ਗਈ ਬਾਵਜੂਦ ਇਸ ਦੇ ਨਕਲੀ ਨੋਟਾਂ ਵਿੱਚ ਕੋਈ ਕਮੀ ਨਹੀਂ ਆ ਰਹੀ। ਮੋਹਾਲੀ ਪੁਲਿਸ ਵੱਲੋਂ ਇੱਕ ਨਹੀਂ ਦੋ ਨਹੀਂ ਬਲਕਿ 42 ਲੱਖ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਇਸ ਪੂਰੇ ਖੇਡ ਨੂੰ ਅੰਜਾਮ ਦਿੱਤਾ MBA ਦੇ ਸਟੂਡੈਂਟ ਤੇ ਪ੍ਰਾਪਰਟੀ ਡੀਲਰ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ, ਜੋ ਲੋਕਾਂ ਨੂੰ 500 ਤੇ 1000 ਦੇ ਪੁਰਾਣੇ ਨੋਟਾਂ ਦੇ ਬਦਲੇ ਨਵੀਂ ਕਰੰਸੀ ਦੇ ਨਕਲੀ ਨੋਟ ਦਿੰਦੇ ਸਨ। ਇਹਨਾਂ ਨੇ ਪਿਛਲੇ ਦਿਨੀ ਜਿਹੜੀ ਇਹ ਜਾਲੀ ਕਰੰਸੀ ਜਿਹੜੀ ਬਣਾਉਣੀ ਸ਼ੁਰੂ ਕੀਤੀ, ਛਾਪੀ ਇਹਨਾਂ ਨੇ, ਔਰ ਇਹਦੇ ਵਿੱਚ 42 ਲੱਖ ਰੁਪਇਆ ਮੌਕੇ ਤੋਂ ਸਾਨੂੰ ਜਿਹੜਾ ਇਹਨਾਂ ਤੋਂ ਮਿਲਿਆ, ਔਰ ਇੱਥੇ ਗੱਡੀ ਮਿਲੀ ਹੈ ਜੇ ਤੇ ਲਾਲ ਰੰਗ ਦੀ ਬੱਤੀ ਲੱਗੀ ਸੀ। ਤਿੰਨੋਂ ਆਰੋਪੀਆਂ ਨੂੰ ਪੁਲਿਸ ਰਿਮਾਂਡ ਵਿੱਚ ਲੈ ਲਿਆ ਗਿਆ, ਜੋ ਹੁਣੇ ਪਤਾ ਲਗਾਉਣਗੇ ਕਿ ਆਖਿਰਕਾਰ ਇਹ ਸਾਰੀ ਕਾਰਵਾਈ ਦਾ ਮਾਸਟਰਮਾਈਂਡ ਕੌਣ ਹੈ। ਬਿਊਰੋ ਰਿਪੋਰਟ, ਪ੍ਰਾਈਮ ਏਸ਼ੀਆ TV।